ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427719800। ਸਤਿ ਸ਼੍ਰੀ ਅਕਾਲ ਬਾਈ, ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਸੁਖਜਿੰਦਰ ਸਿੰਘ ਜੀ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ ਆਪਣਾ 98763-2662। ਚਾਰ ਬੇੜਾ ਦਿਖਾਵਾਂਗੇ, ਇੱਕ ਕੱਪੜ, ਤਿੰਨ ਸੂਈਆਂ ਹੋਈਆਂ, ਜਿਹੜੇ ਤਿੰਨੇ ਬੇੜਾ ਸੂਈਆਂ ਵੀ ਦੇਖਦੇ ਘਰੇ ਸੂਈਆਂ ਵੀ ਸੂਈਆਂ ਸਵਾਈਆਂ ਆਈਆਂ ਜੀ। ਅਰਜਾ ਪਿਓ ਕੇ ਪਹਿਲਾ ਨੰਬਰ ਜਿਹੜੀ ਬੈਠ ਦੇਖੀ ਜਾਂਦਾ ਸੂਆ ਕਿਹੜਾ ਸੂਈ? ਦੂਜੇ ਸੂਏ ਕਿ ਦਿਨ ਹੋ ਗਏ ਸੂਈ ਨੂੰ? ਬੱਚਾ ਕੀ ਦਿੱਤਾ? ਮੇਲ ਕਾ ਠੀਕ ਹੈ। ਤੇ ਕਿੰਨਾ ਦੁੱਧ ਹਾਜ਼ਰ ਆ? ਕਿੰਨਾ ਕੁ ਐਸਟੀਮੇਟ ਪਾ ਦੂਗੀ? ਚੋਣ ਚਵਾ ਦੀ ਧਾਰਾਂ ਦੇ ਓਕੇ। ਸੋ ਵੀਰੋ ਧਾਰਾਂ ਦੇਖ ਸਕਦੇ ਹੋ, ਬੱਚਾ ਛੱਡ ਕੇ ਆਪਾਂ ਨਿਆਣਾ ਪਾ ਕੇ ਉਹਨੂੰ ਧਾਰਾਂ ਮਾਰ ਕੇ ਦਿਖਾਉਂਦੇ ਹਾਂ। ਸੋ ਦੇਖੋ ਚੋਣ ਚਵਾ ਬਿਲਕੁਲ ਇੱਕ ਨੰਬਰ, ਸਾਫ਼ ਸੁਥਰਾ ਮੋਟਾ ਚੋਣ ਆ। ਅਤੇ ਵੀਰੇ ਚਵਾਈ ਦੀ ਨਰਮ ਆ ਜਾਂ ਟਾਇਟ ਆ? ਠੀਕ ਆ, ਬਾਕੀ ਥਾਣਾ 'ਚ ਫਾਸਲਾ ਅਤੇ ਜਿੰਨੀ ਆਪਾਂ ਦੇਖੀਏ ਬੈਠ ਸਾਫ਼ ਆ ਜਾਵਾਂ ਕੁੱਲ ਮਿਲਾ। ਹੁਣ 10-11 ਕਿਲੋ ਦੁੱਧ ਤਿਆਰ ਹੈ, ਠੀਕ ਹੈ, ਪਰ ਬਾਈ 15-16 ਖੁੱਲ੍ਹਾ ਦੁੱਧ, 15 ਕਿਲੋ ਦੁੱਧ ਦਊ, ਐਵੇਂ 20 ਕਹਿ ਦੀਏ ਫਾਇਦਾ ਕੋਈ? ਕਹਿੰਦਾ ਨਹੀਂ, ਜਿੱਡੀ ਗਾਂ ਜਿਹੋ ਜਿਹਾ ਹੈਗਾ ਉਹੋ ਜਿਹੀ ਕਹਾਂਗੇ। ਅਤੇ ਭਾਅ ਵੀ ਉਹੋ ਜਿਹੇ ਹੋਊ? ਭਾਅ ਨੋਰਮਲ ਜੀ, ਠੀਕ ਹੈ, ਸਾਈਕਲ ਸਾਈਕਲ ਦੇ ਭਾਅ ਅਤੇ ਮੋਟਰਸਾਈਕਲ ਮੋਟਰਸਾਈਕਲ ਦੇ ਭਾਅ, ਬਿਲਕੁਲ ਤੋਰਿਓ ਬਾਹਰ ਨੂੰ ਇਹਨੂੰ। ਸੋ ਫਿਰ ਤੋਰਾ ਵਗੈਰਾ ਬੈਠਦਾ ਦੇਖ ਸਕਦੇ, ਸਾਫ਼ ਸੁਥਰੀ ਆ। ਅਤੇ ਵਾਜਬ ਰੇਟ ਵੀਰੇ ਕੀ ਹੋਊ ਫਿਰ ਇਹਦਾ? ਰੇਟ ਜਾਇਜ਼ ਹੋਊ ਬਈ, ਹੋਊ ਫੋਨ, ਠੀਕ ਹੈ, ਰੇਟ ਫੋਨ ਦਿਓ, ਪਰ ਜਿੰਨੀ ਬੈਠ ਦੇਖੀ ਆਪਾਂ ਸਾਫ਼ ਸੁਥਰੀ ਆ, ਹੈ ਨਾ। ਕੌਫੀ ਕਲਰ ਦੇ ਵਿੱਚ ਆ ਗਈ ਜਮਾਂ, ਦੁੱਧ 15 ਕੁ ਲੀਟਰ ਦਊਗੀ। ਅਤੇ ਗੋਲ ਮਟੋਲ ਜਿਵੇਂ ਕੱਲ੍ਹ ਦੀ ਸੂਈ ਆ, ਫਿਰ ਰਾਜੀਪੁਰੀ ਫੁੱਲਾ ਚਾਰੋ ਚੁਰੂ ਓਕੇ ਲੱਗਦੀ ਆ ਜਮਾਂ, ਜਾਇਜ਼ ਗੱਲ ਆ। ਸੋ ਜਿੰਨਾ ਖਾਊਗੀ ਉਹਨਾਂ ਦੁੱਧ ਦਊਗੀ। ਅਤੇ ਹਵਾਨੇ ਅਤੇ ਨਾੜਾ ਵਗੈਰਾ ਦੇਖੋ, ਚਾਰੇ ਸਾਨੂੰ ਨਿਕਲਣ ਵਿੱਚ ਸਾਫ਼ ਸੁਥਰੇ ਬਿੱਥੀ ਦੇ, ਹੈ ਨਾ। ਅੱਗੇ ਬਾਈ ਜੀ ਦੋ ਨੰਬਰ ਦੇ ਦੇਖੀਆਂ ਨੇ ਜਿਹੜੀ ਆਪਾਂ, ਠੀਕ ਹੈ, ਕਿਹੜਾ ਸੂਆ ਸੂੰਦੀ ਆ? ਅਤੇ ਬਾਈ ਜੀ ਦਿਨ ਕਹਿ ਕੇ ਲੈਂਦੇ ਸੂਣ ਦੇ? ਹਫ਼ਤਾ ਸੂਣ ਚ ਬਾਕੀ, ਪਿਛਲੀ ਵਾਰ ਦੁੱਧ ਕਿੰਨਾ ਦੱਸਿਆ ਮਾਲਕ ਨੇ ਆਪਣੇ? ਠੀਕ ਹੈ, ਹਫ਼ਤਾ ਸੂਣ ਚ ਬਾਕੀ, ਅੰਦਾਜ਼ਾ ਲਾ ਸਕੀਏ ਦੁੱਧ ਵਾਲੇ ਕਿ 20 ਲੀਟਰ ਮੰਨ ਕੇ ਲੈ ਸਕਦਾ ਬੰਦਾ, ਕੇਅਰ ਕਰ ਸਕਦਾ, ਵੱਧ ਵੀ ਹਾਈਐਸਟ ਕਰ ਸਕਦੀ ਹੈ, ਹੈ ਨਾ। ਠੀਕ ਹੈ, ਠੀਕ ਹੈ, ਠੀਕ ਹੈ, ਠੰਡੀ ਸੀਲ ਦਾ ਕੋਈ ਅੰਤ ਨਹੀਂ, ਗੱਬਣ ਜਿਵੇਂ ਮਰਜ਼ੀ ਬਾਂਟੇ ਖੇਡੀ ਚਲੋ ਬਹਿ ਕੇ, ਹੈ ਨਾ। ਅਤੇ ਝੋਲੀ ਵਾਲੀ ਬੈਠ ਆ ਜਾਵਾਂ, ਧੋਰ ਦਿਓ ਬਾਹਰ ਨੂੰ। ਸੋ ਦੂਜੇ ਨੰਬਰ ਜਿਹੜੀ ਬੈਠ ਦੇਖੀ ਨਾ, ਗੋਲਡਨ ਕਲਰ ਦੇ ਵਿੱਚ ਆ ਗਈ, ਦੂਜਾ ਸੂਆ ਸੂੰਦੀ ਪਈ ਹੈ। ਪਹਿਲੇ ਸੂਏ 18 ਲੀਟਰ ਦੁੱਧ ਮਾਲਕਾਂ ਦੇ ਦੱਸਣ ਅਨੁਸਾਰ ਦੱਸਦੇ ਆ ਕਿ ਦਿੱਤਾ ਹੋਇਆ। ਅਤੇ ਬਾਕੀ ਮਿਲਕ ਰੇਂਜ ਵਗੈਰਾ ਦੇਖ ਸਕਦੇ ਹੋ, ਸਾਫ਼ ਸੁਥਰਾ ਜਿੰਨੀ ਆਪਾਂ ਹੈਗੀ ਆ ਬੈਠ, ਜਿੰਦ ਜਾਣ ਵਾਲੀ ਕੁਆਲਿਟੀ ਬੈਠ ਦੇ ਵਿੱਚ ਪੂਰੀ ਵਧੀਆ ਹੈਗੀ, ਸਾਫ਼ ਆ ਪੂਰੀ ਜਮਾਂ, ਵਜਨ ਵਜੂਦ ਵਾਲੀ ਆ, ਅਤੇ ਦੇਖਣ ਨੂੰ ਵੀ ਖਾਂਦੀ ਪੀਂਦੀ ਲੱਗਦੀ, ਰਾਜੀ ਰੂਜੀ ਪੂਰੀ ਫੁੱਲ ਲੱਗਦੀ ਆ। ਅਤੇ ਖਾਣ ਦੇ ਜਿਹੜੇ ਹਿਸਾਬ ਨਾਲ ਚਾਰੂ ਆ, ਉਸ ਹਿਸਾਬ ਨਾਲ ਇਹਦਾ ਬੋਡੀ ਵੇਟ ਆ, ਅਤੇ ਦੁੱਧ ਵੀ ਉਸ ਅਕੋਰਡਿੰਗ ਹੀ ਪਾਉਣਾ, ਕੋਈ ਇਹ ਨਹੀਂ ਗੱਲ ਵੀ ਪੱਠਿਆਂ ਨੂੰ ਮੂੰਹ ਨਹੀਂ ਮਾਰਦੀ, ਹੋਰ ਨਹੀਂ ਮਾਰਦੀ, ਸਮੀ ਬਣੀ ਆ, ਪੂਰੀ ਸਾਫ਼ ਆ ਜਿੰਨੀ ਹੈਗੀ ਆ। ਕਿਉਂਕਿ ਪਸ਼ੂ ਜੇਕਰ ਆਪਾਂ ਸਾਫ਼ ਖਰੀਦਾਂਗੇ ਤਾਂ ਤੋਕੜ ਵੇਚਣਾ ਵੀ ਸੌਖਾ ਗਾ, ਅਤੇ ਦੁੱਧ ਜਿੰਨਾ ਪਾਊਗੀ ਮਤਲਬ ਫੈਟ ਵਾਲਾ ਪਾਉਣਾ ਇਹਨੇ, ਫੈਟ ਵਾਲਾ ਪਾਉਣੀ ਸਾਰੇ, ਜਾਇਜ਼ ਗੱਲ ਆ। ਦੈਨ ਹਫ਼ਤਾ ਸੂਣ 'ਚ ਬਾਕੀ, ਅਤੇ ਰੇਟ ਫਿਰ ਜੈਨੂਨ ਹੋਣਗੇ ਜਮਾਂ? ਰੇਟ ਬਿਲਕੁਲ ਜਾਇਜ਼ ਵੀਰੇ, ਗਰਮੀਆਂ ਦੀ ਸੋਟੀ ਹੈ। ਠੀਕ ਹੈ, ਅੱਗੇ ਬਾਈ ਜੀ ਗੱਲ ਕਰੀਏ ਤੀਜੇ ਨੰਬਰ 'ਤੇ ਆਪਾਂ। ਇਹ ਵੀਰੇ ਪਹਿਲਾ ਸੂਆ ਪਿਓਰ, ਠੀਕ ਹੈ, ਮੂੰਹੋਂ ਚਾਰ ਦਾ, ਬੱਚਾ ਮੇਲ ਆ ਜਾਂ ਫੀਮੇਲ? ਨਾ ਕੱਟੇ ਦਾ ਬੱਚੀ ਹੈ ਬਈ ਸਾਰੀ। ਠੀਕ ਹੈ, ਬੱਚਾ ਆ ਗਿਆ ਸਿਰ ਦਾ, ਹੈ ਨਾ। ਹਾਂ, ਸੂਆ ਸੂਈ ਹੈ ਇਹ ਪਹਿਲਾ, ਹੈ ਨਾ। ਸੂਆ ਪਹਿਲਾ ਵੀਰੇ ਮੂੰਹੋਂ ਚੌਗੀ, ਮੂੰਹੋਂ ਚੌਗੀ। ਕਿੰਨਾ ਕੁ ਦੁੱਧ ਹੁਣ ਤਿਆਰੀ ਵਾਲਾ? ਦੁੱਧ ਵੀਰੇ ਇਹਨੂੰ ਸੂਈ ਨੂੰ ਅੱਜ ਚੌਥਾ ਦੇਣਾ। ਠੀਕ ਹੈ, ਹੁਣ ਇਹਦੇ ਥੱਲੇ 13 ਲੀਟਰ ਦੁੱਧ ਬਿਲਕੁਲ ਤਿਆਰ, 6 ਲੀਟਰ ਟਾਈਮ ਦਾ ਮੈਨ ਵਾਲਾ ਹੈਗਾ, ਕੁਛ ਮਰਜ਼ੀ ਕਰੀ ਜਾਵੇ, ਵਧੂ 6 ਤੋਂ ਬਾਹਰ।
ਬਈ ਦੁੱਧ ਤਾਂ ਮੰਨ ਲਾ ਵੀ ਇਹ ਦੇਣੀ ਸੀ ਜਦੋਂ ਉੱਥੇ ਗਰਮੀ ਕਿੰਨੀ ਪੈਂਦੀ ਹੈ, ਠੀਕ ਹੈ, ਬਈ 17-18 ਕਿਲੋ ਦੁੱਧ ਤਾਂ ਨੋਰਮਲ ਦੇ ਦੇਣਾ, 16 ਮੰਨ ਕੇ ਲੈ ਸਕਦਾ ਬਈ, ਭਾਵੇਂ ਅਗਲਾ 10 ਮੰਨ ਕੇ ਲੈ ਲੇ ਵੀ ਆਪਣੇ ਏਰੀਆ ਵੀ ਅੱਜ ਹੀ ਲੈ ਦੇ। ਸੋ ਵੀਰੋ ਚੋਣ ਚਵਾ ਦੇਖੋ, ਵਧੀਆ ਬੱਚਾ ਚੜ੍ਹਦੀ ਹੈ, ਨਿਆਣਾ ਪਾਉਂਦੀ ਹੈ, ਤੇ ਠੰਡੀ ਸੀਲਾ ਬਰਫ਼ ਵਰਗੀ ਜਮਾਂ, ਤੇ ਚੋਣ ਦੀ ਨਰਮਾ ਕਿ ਕਾਲੀ ਹੈ ਜੀ, ਤੇ ਪੋਲੀਆਂ ਰੂਹ ਵਰਗੀਆਂ ਹੋਣੀਆਂ, ਸਵਾਈ ਨਾ ਕਲੜੀ ਤਾਂ ਕੋਈ ਕਹਿ ਨਹੀਂ ਸਕਦਾ। ਜਾਏ ਗੱਲ ਤੇ ਥਣਾ 'ਚ ਫਾਸਲਾ ਬਹੁਤ ਹੈ, ਹੈ ਨਾ, ਚਾਹੇ ਉੱਠ ਉੱਠ ਬੈਠੀ ਚੱਲੋ, ਹੈ ਨਾ, ਕੁਛ ਮਰਜ਼ੀ ਕਰੀ ਚੱਲ ਯਾਰ, ਠੀਕ ਹੈ, ਦੁੱਧ ਮੈਂ ਐਵਰੇਜ ਮੰਨ ਕੇ ਚੱਲੀਏ ਵੀ 17-18 ਕਿਲੋ ਦੁੱਧ ਦੇ ਦੇਣਾ, ਹੁਣ 12-13 ਲੀਟਰ ਬਿਲਕੁਲ ਰੈਡੀ ਹੈ, ਤਿੰਨਾਂ ਦਿਨਾਂ ਦੀ ਸੂਈ, 16 ਮੰਨ ਕੇ ਲੈ ਜੇ ਬੰਦਾ, ਪਾਓ ਫੈਟ ਵਾਲਾ, ਹੈ ਨਾ, ਮੈਂ ਕਿਹਾ ਮੱਝਾਂ ਰਕ ਧੋਰੀ ਬਾਹਰ ਨੂੰ। ਸੋ ਵੀਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ, ਪੂਰਾ ਸਾਫ਼ ਸੁਥਰਾ, ਰਾਜੀ ਸਮੀ ਪਲੀ ਵੀ ਚੰਗੀ ਹੈ, ਜਿੰਦ ਜਾਣ ਵਾਲੀ ਸੂਈ ਸਵਾਈ ਆ, ਲੈ ਚੱਲ ਫਿਰ ਮੁੜ ਕੇ ਧਾਰਾ ਆਪਾਂ ਮਾਰ ਕੇ ਦਿਖਾ ਦਿਆਂ, ਪਲੂਣ ਪਹਿਲਾ ਸੂਆ, ਮੂੰਹ 4 ਦੰਦ ਸੂਈ ਆ ਜਮਾਂ। ਸੋ ਹਵਾਨਾ ਦੇਖੋ ਸੋਹਣਾ ਸਾਫ਼ ਸੁਥਰਾ ਬੱਚਾ, ਇਹਦੇ ਵਿੱਚ ਹੈਗਾ ਮੇਲ ਕਾਫ ਜਮਾਂ। ਅਤੇ ਅੱਗੇ ਆਪਾਂ ਜਿਹੜੀ ਚੌਥੇ ਨੰਬਰ 'ਤੇ ਗਾਂ ਦੇਖ ਕੇ ਇਹਨੇ ਸੂਈ ਸਵਾਈ, ਇਹ ਬਾਈ ਜੀ ਕਿਹੜਾ ਸੂਆ ਸੂਈ ਆ, ਇਹ ਦੂਜੇ ਸੂਈ, ਕੈ ਦਿਨ ਹੋ ਗਏ ਸੂਈ ਨੂੰ, ਸੂਈ ਨੂੰ ਨਹੀਂ ਬਾਈ ਅੱਜ ਚੌਥਾ ਦਿਨ, ਚੌਥਾ ਦਿਨ ਸੂਆ ਦੂਜਾ ਸੂਈ ਆ, ਕਿੰਨਾ ਦੁੱਧ ਚੋਣ ਵਾਲਾ ਹਾਜ਼ਰ ਆ, ਦੁੱਧ ਬਾਈ ਇਹ ਥੱਲੇ ਹੁਣ 15-16 ਲੀਟਰ ਬਿਲਕੁਲ ਰੈਡੀ, ਬਣਾ ਕੇ ਦੇ ਦਾਂਗੇ ਕੋਈ ਆ ਗਿਆ, ਕੋਈ ਡੱਕਦੀ ਨਹੀਂ ਪੂਰਾ, ਠੀਕ ਹੈ, ਚੋਣ ਚਵਾ ਧਾਰਾਂ, ਚੋਣ ਚਵਾਣ ਦਾ ਕੋਈ ਮੁੱਲ ਨਹੀਂ, ਧਾਰਾ ਮਾਰ ਕੇ। ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ, ਕੋਈ ਅੰਤ ਨਹੀਂ ਠੰਡੀ ਸੀਲ ਦਾ, ਇਹਦਾ ਨਿਆਣਾ ਇਹਦੇ ਪਾਉਣਾ ਪਾਓ, ਨਹੀਂ ਪਾਉਣਾ ਕੋਈ ਦਿੱਕਤ ਨਹੀਂ, ਹੈ ਨਾ, ਠੀਕ, ਪਰ ਆਪਾਂ ਨਿਆਣਾ ਪਾ ਕੇ ਦਿਖਾ ਦੇ। ਸੋ ਵੀਰੋ ਧਾਰਾਂ ਦੇਖ ਸਕਦੇ ਹੋ, ਕਿਆ ਬਾਤਾਂ, ਚੋਣ ਪੂਰਾ ਸਾਫ਼ ਸੁਥਰਾ ਮੋਟਾ ਚੋਣ ਆ ਜਾਵਾਂ, ਅਤੇ ਵੀਰੇ ਚਵਾਈ ਦੇ ਨਰਮ ਓਕੇ ਜਾਵਾਂ, ਠੀਕ ਅੰਬਾ ਗਤਰਾ ਜਮਾ ਦਿਓ ਧਾਰਾਂ। ਸੋ ਵੀਰੋ ਚਵਾਈ ਦੇਖੋ ਕਿਆ ਬਾਤਾਂ, ਪੂਰਾ ਸਾਫ਼ ਸੁਥਰਾ, ਅਤੇ ਜਮਾਂ ਦੁੱਧ ਦੀਆਂ ਨਦੀਆਂ ਵਹਾ ਦੀਆਂ ਨੇ, ਚੰਗੇ ਚੋਣ ਦੀ ਆ, ਕੋਈ ਭੂਰ ਸਰ ਲਾਣੀ, ਇਹ ਥੱਲੇ ਦੁੱਧ ਹਾਜ਼ਰ ਆ 15 ਲੀਟਰ, ਹੈ ਨਾ, ਬਿਲਕੁਲ ਬਾਈ 15-16 ਲੀਟਰ, ਬਸ ਠੀਕ ਆ, ਧੋਰ ਦੇ ਬਾਹਰ ਨੂੰ ਜੀ। ਸੋ ਵੀਰੋ ਕੱਦ ਕਾਠ ਵਗੈਰਾ ਬੈਠਦਾ ਦੇਖ ਸਕਦਾ ਸਾਫ਼ ਸੁਥਰਾ, ਅਤੇ 16 ਲੀਟਰ ਮੰਨ ਕੇ ਹੁਣ ਤਿਆਰ ਆ ਜਮਾਂ 15, ਹੈ ਨਾ, ਠੰਡੀ ਸੀਲ ਦੇਣੀ ਕੀ ਮੁੱਲ ਯਾਰ, ਅਤੇ ਪਾਦੂ ਮੰਨ ਕੇ ਚੱਲ ਵੀ 20 ਦੇ ਐਡ ਗੇਟ ਜੀ, ਕਿੱਥੇ ਮਰਜ਼ੀ ਖੜਾ, ਅੰਦਾਜ਼ਾ 20 ਮੰਨ ਕੇ ਲੈ ਜੇ ਬੰਦਾ, ਬਾਈ 20 ਮੰਨ ਲਏ, 18 ਮੰਨ ਲਏ ਨੋਰਮਲ ਹੈ, ਪਰ ਦੁੱਧ ਮੱਝਾਂ ਨਾਲੋਂ ਵੀ ਚੰਗਾ, ਫੈਟ ਵਾਲਾ ਥਾਣਾ, ਫੈਟ ਵਾਲਾ ਦੁੱਧ, ਅਤੇ ਪਸ਼ੂ ਫਿਰ ਤੇਰੇ ਸਾਰੇ ਦੇਖਿਆ ਗਰਮੀ ਦੇ ਹਿਸਾਬ ਨਾਲ ਲਿਆਂਦਿਆ ਜਾਵਾਂ, ਹੈ ਨਾ, 98-763 2661 ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਸ਼ਹਿਣਾ ਪਧੌੜ ਦੇ ਕੋਲ ਪਿੰਡ ਹੈਗਾ, ਕੋਈ ਵੀ ਨਗ ਪਸੰਦ ਆ ਆਪਦਾ ਦੇਖ ਕੇ ਆ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ, ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ, ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।